ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਉਹ ਬੱਚੇ ਦੇ ਸਾਹ ਜੀ ਚੱਟੇ ਪਿੱਛੇ ਚਲੇ ਗਏ ਤਾਂ ਵੱਟੇ ਫਾਸੇ ਦੇ ਬੁਲਾ ਗਏ ਉਸਕੇ ਪਾਸ ਪਲਤਕਾਰ ਕਰਾ ਜੀ ਸਰ। ਇਹ ਆਪਕੋ ਕੈਸੇ ਮਾਲੂਮ ਹੋ? ਮੇਰੇ ਬੜੇ ਲੜਕੇ ਨਾ ਦੇਖਾ ਤੇ ਉਸਨੇ ਆਪਕੋ ਬਤਾਇਆ। ਹਾਂ ਜੀ ਫਿਰ ਮਸਕੇ ਪਾਸ ਭਾਗੀ ਭਾਗੀ ਗਈ ਤੋ ਭਾਗ ਲਿਆ ਤਾਂ ਛੋੜ ਗਏ। कहाँ से आए हो? दो नंबर बट्टे थे जी। आपको कैसे मालूम हुआ? जो बच्चों ने बताया, जो लड़का है मेरे वाले लड़के ने बताया, ऐसे से बात हुई नुको। जब उसके पास जाके देखा हमने ऐसे बच, फिर लड़के को पकड़ा उसे। कौन से भट्टे पे रहते हो? दो नंबर भट्टे पे। भट्टे का नाम क्या है? अवतार का भट्टा है जी। कहाँ का? ये तो पता नहीं कहाँ का है जी वो। नहीं भट्टा कहाँ पे है? कटेरी साहब। पुलिस कंप्लेंट की कोई? हाँ अभी आए थे पुलिस वाले भी। अब वो बच्चे के साथ जी चट्टे पे चले गए था बट्टे के पास ही थे बुला गए उसके पास पलतकार करा दी सर। ये आपको कैसे मालूम हुआ? मेरे बड़े लड़के ना देखा तो उसने आपको बताया? हाँ जी फिर मस्के पास भागी भागी गई तो भाग लिया था छोड़ गए। और उसके बाद आपने क्या किया? फिर उसे पिटा जी सर ने पकड़ गए बजाए उसका फिर पकड़ गए। तो कहाँ पे रहता है? वही रहा बट्टे में। आपके साथ ही रहता है? हाँ। क्या काम करता है? पथेरा काम करे जी। कितनी उम्र है उसकी? 18-19 साल की है जी। ਉਹਦੇ ਵਿੱਚ ਇੱਕ ਬੱਚੀ ਆਈ ਹੈ ਤਕਰੀਬਨ 6-7 ਸਾਲ ਦੀ ਬੱਚੀ ਹੈ ਤੇ ਨਾਲ ਮਾਤਾ ਪਿਤਾ ਹੈਗੇ ਨੇ ਉਹਨਾਂ ਦੇ ਤੇ ਉਹਨਾਂ ਦੇ ਦੱਸਣ ਮੁਤਾਬਕ ਬੱਚੇ ਦੇ ਨਾਲ ਜ਼ਬਰਦਸਤੀ ਹੋਈ ਹੈ। ਕਹਿ ਰਹੇ ਆ ਕਿ ਪੱਠੇ 'ਤੇ ਰਹਿ ਰਹੇ ਸੀ ਅਤੇ ਬੱਚੇ ਦੀ ਮਾਂ ਖਾਣਾ ਬਣਾ ਰਹੀ ਸੀਗੀ ਅਤੇ ਉੱਥੇ ਨਾਲ ਹੀ ਪੜੋਸ ਵਿੱਚ ਰਹਿੰਦਾ ਉਹਨਾਂ ਦਾ ਕੋਈ ਪੜੋਸੀ ਹੋਏਗਾ 30-35 ਸਾਲ ਦੀ ਉਮਰ ਦੱਸਦੇ ਆ। ਕਹਿ ਰਹੇ ਆ ਉਹ ਬੱਚੀ ਦੇ ਨਾਲ ਦੁਸ਼ਕਰਮ ਹੋਇਆ। ਬਹੁਤ ਮੰਦਭਾਗੀ ਹੈਗੀ ਹੈ ਇਹ ਖਬਰ ਹੈਗੀ ਹੈ ਅਤੇ ਅਸੀਂ ਆਪਣੇ ਵੱਲੋਂ ਬੱਚੇ ਨੂੰ ਫਸਟ ਏਡ ਦਿੱਤੀ ਹੈ ਪੁਲਿਸ ਨੂੰ ਇਨਫੋਰਮੇਸ਼ਨ ਭੇਜ ਦਿੱਤੀ ਹੈ ਅਤੇ ਅਸੀਂ ਆਪਣੇ ਥਾਣਾ ਸਮਰਾਲਾ 'ਚ ਭੇਜੀ ਉਹਨਾਂ ਨੇ ਅੱਗੇ ਕੂਮਕਲਾਂ ਨੂੰ ਇਨਫੋਰਮ ਕਰ ਦਿੱਤਾ। ਆਪਣੇ ਵੱਲੋਂ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਅਤੇ ਜੋ ਵੀ ਇਹਨਾਂ ਦੀ ਅੱਗੇ ਮੈਡੀਕਲ ਲੀਗਲੀ ਜੋ ਵੀ ਹੈਗੀ ਹੈ ਕਾਰਵਾਈ ਉਹ ਵੀ ਚੱਲ ਰਿਹਾ ਐਗਜ਼ਾਮੀਨੇਸ਼ਨ ਵੀ ਚੱਲ ਰਿਹਾ ਅਤੇ ਫਸਟ ਏਡ ਦਿੱਤੀ ਹੈ। ਬੱਚੀ ਫਿਲਹਾਲ ਸਟੇਬਲ ਹੈ ਅਤੇ ਬਣਦੀ ਕਾਰਵਾਈ ਪੁਲਿਸ ਕਰ ਰਹੀ ਹੈ। ਕੋਈ ਨਿਸ਼ਾਨ ਵਗੈਰਾ? ਨਿਸ਼ਾਨ ਬੱਚੇ ਨਾਲ ਲੱਗ ਰਿਹਾ ਕਿ ਜ਼ਬਰਦਸਤੀ ਹੋਈ ਹੈ ਅਤੇ ਬਾਕੀ ਇਹਨਾਂ ਦੀ ਸੈਂਪਲਿੰਗ ਹੋਏਗੀ ਉਸ ਤੋਂ ਬਾਅਦ ਪਤਾ ਲੱਗੇਗਾ ਸਰ। ਸਾਨੂੰ ਦਾਖਲ ਹੋਣ 'ਤੇ ਅਸੀਂ ਸਮਰਾਲਾ ਦੀ ਸਲਾਹ ਦਿੱਤੀ ਵੀ ਐਂ ਕਰਕੇ ਬੱਚੀ ਆ ਇਹਦੇ ਨਾਲ ਰੇਪ ਕੇਸ ਹੋਇਆ। ਕਿੱਥੇ ਇਹ ਤੁਹਾਡੇ ਰਹਿਣ ਵਾਲੇ ਨੇ ਬੰਦੇ? ਕਿੱਥੇ ਦੇ ਰਹਿਣ ਵਾਲੇ ਨੇ ਬੰਦੇ? ਇਹ ਕਟਾਣੀ ਭੱਠੇ 'ਤੇ ਰਹਿੰਦੇ ਆ, ਮਾਂ ਅਵਤਾਰ ਦਾ ਭੱਠਾ ਹੈ ਯੂਪੀ ਦੇ। ਅਤੇ ਕਿੰਨੇ ਕੁ ਵਜੇ ਦਾ ਮਾਮਲਾ ਹੈ? ਤੁਹਾਨੂੰ ਕਿੰਨੇ ਕੁ ਵਜੇ ਪਤਾ ਲੱਗੀ? ਸਾਨੂੰ 9 ਵਜੇ ਤਲਾਹ ਆ ਗਈ ਸੀ ਜੀ ਜਦੇ ਆ ਗਏ ਇੱਧਰ। ਕੀ ਹੁਣ ਤੁਸੀਂ ਕਾਰਵਾਈ ਕਰ? ਅਸੀਂ ਜਿਹੜੀ ਬਣਦੀ ਕਾਰਵਾਈ ਆ ਕਰਕੇ ਨਜ਼ਰੇ ਹੋਣੇ ਤੋਂ ਫੀਸ ਠੀਕ ਹੈ ਜੀ। ਇਹਦੀ 6.5 ਸਾਲ ਤੁਹਾਨੂੰ ਦੱਸਿਆ ਅਤੇ ਮੁਰਜਮ ਫੜਿਆ ਗਿਆ? ਮੁਰਜਮ ਫੜਨ ਵਾਸਤੇ ਵੀ ਦੂਜੀ ਪਾਰਟੀ ਚੱਕੀ ਅਤੇ ਉਹਦਾ ਪਤਾ ਲੱਗਿਆ ਕਿੰਨੀ ਕੇਜ ਦਾ? ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੁੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, PR ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81-466-77-009। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਪੰਡਿਤ ਰਾਕੇਸ਼ ਜੀ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। 2 ਘੰਟੇ ਵਿੱਚ ਘਰ ਬੈਠੇ ਹਰ ਪਰੇਸ਼ਾਨੀ ਦਾ ਹੱਲ ਪਾਓ। ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼, ਹਰ ਤਰ੍ਹਾਂ ਦੇ ਲਾਟਰੀ ਨੰਬਰ ਦੇ ਮਾਹਿਰ, ਧੋਖਾ ਖਾਦੇ ਲੋਕ, ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ। ਪੰਡਿਤ ਰਾਕੇਸ਼ ਜੀ ਸੰਪਰਕ ਕਰੋ 83-607-99-607, 83-607-89-607।